ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਬਲੌਗ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾ ਨੂੰ ਦਾ ਸਵਾਗਤ ਕਰਦੀ ਹਾਂ ਜੀ ਲੋ ਜੀ ਹੋ ਤਾਂ ਬਹੁਤ ਰਾਤ ਗਈ ਫਿਰ ਮੈਂ ਕਿਹਾ ਚੱਲ ਇੱਕ ਛੋਟਾ ਜਿਹਾ ਬਲੌਗ ਬਣਾ ਹੀ ਲੈਨੀ ਆ ਹਨਾ ਜੀ ਕਰ ਲੈ ਸੀ ਮੇਰਾ ਬੈਠੀ ਬੈਠੀ ਦਾ ਪਹਿਲਾਂ ਸ਼ਾਮ ਨੂੰ ਪਹਿਲਾਂ ਤਾਂ ਤੁਸੀਂ ਦੱਸੋ ਸਾਰੇ ਭੈਣ ਭਰਾ ਠੀਕ ਹੋ ਵਧੀਆ ਸਾਰੇ ਮੈਂ ਵੀ ਠੀਕ ਹਾਂ ਜੀ ਹੁਣ ਮੇਰੇ ਪੈਰ ਨੂੰ ਵੀ ਥੋੜਾ 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 ਰਾਮ ਪੈਦਾ ਜਾ ਰਹੇ ਆ ਪਰ ਦਰਦ ਜਦੋਂ ਉੱਠਦਾ ਨਾ ਇੱਕਦਮ ਉੱਠ ਵੀ ਬਹੁਤ ਜਾਂਦਾ ਹੈ ਪਰ ਦਵਾਈ ਲਗਾਉਣ ਵਾਲੀ ਵੀ ਤੇ ਲੈਣ ਵਾਲੀ ਵੀ ਮੈਂ ਜਦੋਂ ਲੈ ਲਨੇ ਉਸ ਤੋਂ ਡੇਢ ਦੋ ਘੰਟੇ ਬਾਅਦ ਨਾ ਫਿਰ ਅਰੈਸਟ ਕਰਨ ਦੇ ਨਾਲ ਜਿਵੇਂ ਅੱਧਾ ਘੰਟਾ ਚੱਲ ਬੈਠ ਕੇ ਨਾ ਮੰਜੇ ਤੇ ਪੈਰ ਨੂੰ ਐਨ ਇੱਕਸਾਰ ਬਰਬਰ ਰੱਖ ਕੇ ਫਿਰ ਮੈਨੂੰ ਫਰਕ ਪੈ ਜਾਂਦਾ ਜੀ ਤੇ ਬਾਕੀ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਆ ਛਾਲੀ ਮਿਰਚਾਂ ਕੀ ਉਹ ਲਮਾਰੀ ਦੇ ਉੱਪਰ ਪਈ ਆ ਤੇ ਮਤਲਬ ਕਿ ਠੰਡ ਬਹੁਤ ਜ਼ਿਆਦਾ ਹੋ ਗਈ ਹੁਣ ਵੀ ਨਾ ਬਾਹਰ ਇਹੋ ਜਿਹਾ ਮੌਸਮ ਹੋਇਆ ਪਿਆ ਜਿਵੇਂ ਫਿਲਮਾਂ ਦੇ ਵਿੱਚ ਮਤਲਬ ਕਿ ਧੁੰਦਲਾ ਧੰਦਲੀ ਜੀ ਕਰੀ ਨਹੀਂ ਹੁੰਦੀ ਹੈ ਕਿ ਜਿਵੇਂ ਆ ਪਾਫ ਜੀ ਆ ਰਹੀ ਹੁੰਦੀ ਆ ਹਨਾ ਐਵੇਂ ਹੋਇਆ ਪਿਆ ਹੈ ਹੈ ਬਲਰ ਅੱਛਾ ਬਲਰ ਅੱਛਾ ਸੋ ਜਨਾ ਕਹਿੰਦੀ ਬਲਰ ਹੋਇਆ ਵੈ ਤੇ ਕਾਫੀ ਉਹ ਹੋ ਰਿਹਾ ਮੈਂ ਕਿਹਾ ਹਾਂ ਪਰ ਉਹੀ ਹੈ ਜੀ ਜਦੋਂ ਗਰਮੀ ਪੈਂਦੀ ਆ ਤਾਂ ਗਰਮੀ ਵੀ ਬਹੁਤ ਪੈਂਦੀ ਆ ਜਦੋਂ ਠੰਡ ਪੈਂਦੀ ਆ ਤਾਂ ਠੰਡ ਵੀ ਬਹੁਤ ਪੈਂਦੀ ਆ ਇਹ ਲੈ ਮੇਰਾ ਚਲ ਤੇ ਇਹ ਹੈ ਤੇ ਬਾਕੀ ਚਲੋ ਹਨਾ ਏ ਹੈ ਬਾਕੀ ਮੈਂ ਆਖਿਆ ਚਲ ਹਣ ਛੋਟਾ ਜਿਹਾ ਬਲੌਗ ਬਣਾ ਲਵਾਂ ਮੈਂ ਹਨ ਤੇ ਫਿਰ ਸੋਣੇ ਉਸ ਤੋਂ ਬਾਅਦ ਹਲੇ ਤੱਕ ਇੱਕਦਮ ਤਾਂ ਨੀਂਦ ਵੀ ਨਹੀਂ ਆਂਦੀ ਹੈਗੀ ਅ ਚਲ ਫਿਰ ਥੋੜੀ ਦੇਰ ਆਪਾਂ ਵੀ ਮੈਂ ਵੀ ਕਈ ਵਾਰ ਕੋਈ YouTube ਤੇ ਇੱਕ ਦੋ ਜਣਿਆਂ ਦੀ ਵੀਡੀਓ ਦੇਖਦੀ ਹੁੰਨੀ ਆ ਮੈਨੂੰ ਵਧੀਆ ਲੱਗਦੀਆਂ ਇਹਨਾਂ ਦੇ ਬਲੌਗ ਮੈਂ ਇਹਨਾਂ ਦੇ ਬਲੌਗ ਦੇਖਦੀ ਹੁੰਨੀ ਆ ਤੇ ਫਿਰ ਉਸ ਤੋਂ ਬਾਅਦ ਜਾ ਕੇ ਕਿਤੇ ਨੀਂਦ ਆਂਦੀ ਹੈ ਬਸ ਐ ਹੀ ਹੁੰਦਾ ਹੈ ਇਹ ਹੈ ਜੀ ਤੇ ਬਾਕੀ ਸਾਰੇ ਭੈਣ ਭਰਾ ਵਧੀਆ ਜੀ ਠੰਡ ਤੋਂ ਬਚੇ ਰਹੋ ਬਾਹਰ ਜਿਹੜੀਆਂ ਭੈਣਾ ਬੈਠੀਆਂ ਨੇ ਬਹੁਤ ਜਿਆਦਾ ਦੇਖਦੇ ਆ ਕਈ ਕੈਨੇਡਾ ਤੋਂ ਬਲੌਗ ਬਣਾਉਂਦੇ ਆ ਉਹਨਾਂ ਦੇ ਵੀ ਇੱਕ ਦੋ ਮੈਂ ਮਤਲਬ ਕਿ ਥੰਬ ਨੇਲ ਵਗੈਰਾ ਇਦਾਂ ਦੇਖਦੇ ਆ ਤੇ ਬਾਕੀ ਮੇਰੇ ਕੋਲ ਤਾਂ ਉਹ ਸਟੇਟਸ ਬਹੁਤ ਭੈਣਾ ਦੇ ਆਂਦੇ ਨੇ ਕਾਫੀ ਭੈਣਾ ਦੇ ਸਟੇਟਸ ਆਂਦੇ ਆ ਉਹਨਾਂ ਦੇ ਘਰਾਂ ਦੇ ਅੱਗੇ ਇੰਨੀ ਇੰਨੀ ਸਨੋ ਪਈ ਵੀ ਹੁੰਦੀ ਆ ਹਨਾ ਇੰਨੀ ਦੇਖ ਲਓ ਹਨਾ ਪਰ ਉਹਦਾ ਪਾਣੀ ਤਾਂ ਨਹੀਂ ਬਣਦਾ ਹੈਗਾ ਉਹ ਦੇਖਦੇ ਆ ਚੱਕ ਕੇ ਮੈਂ ਤਾਂ ਨਹੀਂ ਕਦੇ ਦੇਖੀ ਹੈਗੀ ਬਰਫ਼ ਕਦੇ ਨਹੀਂ ਮੰਨੇ ਬਰਫ਼ ਦੇਖੀ ਹੈਗੀ ਪਰ ਮਤਲਬ ਕਿ ਨਾ ਦੇ ਉਹੀ ਉਹਦੇ ਵਿੱਚ ਜਬ ਬਲੌਗਾਂ ਦੇ ਵਿੱਚ ਦੇਖਦੇ ਆ ਜਾਂ ਫਿਰ ਦੇਖਦੇ ਆ ਆਪਣਾ ਉਹਦੇ ਚ ਸਟੇਟਸ ਵਗੈਰਾ ਤੇ ਵਿੱਚ ਹਨਾ ਕਿਵੇਂ ਉਹ ਹੁੰਦੀ ਆ ਚੁੱਟੀ ਚੁੱਟੀ ਜੀ ਸਾਰੇ ਪਾਸੇ ਪਾ ਹਨਾ ਆਲੇ ਦਾਲੇ ਤੇ ਲੈ ਸਿੱਧੇ ਚਲੋ ਜੀ ਹੁਣ ਗੱਲਾਂ ਬਾਤਾਂ ਹਨਾ ਕਰ ਲਈਆਂ ਮੈਂ ਨਾ ਹੁਣ ਤੁਹਾਨੂੰ ਨਾ ਬਹੁਤ ਸੋਹਣੇ ਸੋਹਣੇ ਨਾ ਸੂਟ ਸਟਿਚ ਕਰਵਾਏ ਆ ਇੱਕ ਭੈਣ ਦੇ ਤੇ ਸੰਜਣਾ ਹੁਣ ਸੰਜਣਾ ਖੜੇਗੀ ਕੈਮਰਾ ਮੈਨ ਦਿਖਾਵਾਂਗੀ ਬਹੁਤ ਟਾਈਮ ਹੋ ਗਿਆ ਭੈਣ ਦਾ ਮੈਨੂੰ ਆਰਡਰ ਆਇਆ ਨੂੰ ਪਰ ਮੈਂ ਨਾ ਕਿਸੇ ਚੀਜ਼ ਦਾ ਭੁੱਲਦੀ ਨਹੀਂ ਹਾਂ ਜੀ ਤੇ ਆਪਣਾ ਮੈਂ ਤਿਆਰ ਕਰਵਾਏ ਆ ਜਿੱਥੇ ਕਿਤੇ ਵੀ ਤੁਸੀਂ ਬੈਠੇ ਹੋ ਫੋਰਨ ਕੰਟਰੀ ਦੇ ਵਿੱਚ ਵੀ ਕਿਤੇ ਵੀ ਭੈਣਾਂ ਬੈਠੀਆਂ ਨੇ ਨਾ ਉਹ ਜ਼ਰੂਰ ਮੇਰੇ ਨਾਲ ਮੈਂ ਉਹਨਾਂ ਦੇ ਨਾਲ ਕੰਟੈਕਟ ਕੀਤਾ ਹੋਇਆ ਹੈ ਬਹੁਤ ਵਧੀਆ ਭਾਵੇਂ ਮੇਰਾ ਕੰਮ ਥੋੜਾ ਹੈ ਪਰ ਥੋੜੇ ਦੇ ਨਾਲ ਨਾ ਬੜਾ ਸਲੀਕੇ ਨਾਲ ਤਿਆਰ ਕਰਦੇ ਆ ਕਿਸੇ ਦਾ ਫਾਵਾਡ ਨਹੀਂ ਕਰਵਾਉਂਦੇ ਹੈਗੇ ਜੀ ਤੇ ਤੁਸੀਂ ਵੀ ਜਰੂਰ ਆਪਣਾ ਸੂਟ ਸਟਿਚ ਕਰਵਾਇਓ ਹਲ ਤਾਂ ਮੈਂ ਇੱਕ ਦੋ ਹੋਰ ਵੀ ਕਰਵਾ ਕੇ ਭੇਜਾਂਗੀ ਹੁਣ ਦੇਖੋ ਦੋ ਸੂਟ ਤਾਂ ਚਲ ਗਿਆ ਇੱਕ ਦੋ ਹੋਰ ਵੀ ਮੈਂ ਕਿ ਕਰਵਾ ਕੇ ਭੇਜੂੰਗੀ ਭੈਣ ਦੇ ਸੂਟ ਮੈਂ ਦੇਖ ਰਹੀ ਸੀ ਮੈਂ ਕਿ ਆ ਵੀ ਆਪਣਾ ਹੈਂ ਯਹਾਂ ਸੇ ਪਿੱਛੇ ਦੇਖਨਾ ਕਿ ਆਇਆ ਬੰਦੇ ਰਾਜ ਉਹ अच्छा हां फिर रात ਤਾਂ ਹੋ ਗਈ ਸੰਜਨਾ ਕਹਿੰਦੀ ਪਿੱਛੇ ਦੇਖ ਨਾ ਮੈਂ ਕੀ ਹੋਇਆ ਵਾ ਕਹਿੰਦੀ ਹਨੇਰਾ ਆਇਆ ਹੋਇਆ ਮੈਂ ਕਿਹਾ ਹਾਂ ਫਿਰ ਹੋ ਕੇ ਕਮਰੇ ਦੀ ਲਾਈਟ ਬੰਦ ਮੈਂ ਤਾਂ ਸਟੋਰ 'ਚ ਖੜੀ ਆ ਮੈਂ ਕਿਹਾ ਚਲ ਸਟੋਰ 'ਚ ਨਾ ਮਨੇ ਵਾਈਟ ਸਫੇਦੀ ਕਰਵਾਈ ਹੋਈ ਹੈ ਜੀ ਤੇ ਉਹਨਾਂ ਨੇ ਆਪਣੇ ਆਪੇ ਕਰਤੀ ਸੀ ਮੈਂ ਤਾਂ ਕਹਿ ਰਹੀ ਸੀ ਮੈਂ ਕਿਹਾ ਕੋਈ ਕਲਰ ਕਰ ਦੋ ਕਹਿੰਦੇ ਨਾ ਸਟੋਰ ਦੇ ਵਿੱਚ ਕਦੀ ਨਹੀਂ ਕਲਰ ਚੱਲਦਾ ਹੁੰਦਾ ਹਮੇਸ਼ਾ ਵਾਈਟ ਹੀ ਚੱਲਦਾ ਪਰ ਹੁਣ ਮੈਨੂੰ ਨਾ ਮੇਰੇ ਕਮਰੇ ਦੀ ਡਾਰਕ ਲੱਗਦੀ ਆ ਪੈਰਟ ਕਲਰ ਦੀ ਆ ਮੈਂ ਕਹ ਜੀ ਮੈਂ ਅੱਗੇ ਨੂੰ ਕਰਵਾਵਾਂ ਮੈਂ ਤਾਂ ਨਾ ਸਿਰਫ ਆਫ ਵਾਈਟ ਕਲਰ ਕਰਵਾਉਂਗੀ ਮੈਂ ਕਦੇ ਵੀ ਡਾਰਕ ਨਾ ਕਰਵਾਵਾਂ ਮੇਰੇ ਅੱਖਾਂ ਨੂੰ ਨਾ ਹੁਣ ਚੁਬਦਾ ਹੈ ਡਾਰਕ ਰੰਗ ਚੁਬਦਾ ਹੈ ਤੇ ਹੁਣ ਲਾਈਟ ਕਲਰ ਹੀ ਸੋਹਣੇ ਲੱਗਦੇ ਆ ਹਨਾ ਲਓ ਜੀ ਹੁਣ ਅਸੀਂ ਜੀ ਨਾ ਤੂਫੜ ਕੈਮਰਾ ਤੇ ਮੈਂ ਦਿਖਾਵਾਂ ਸੂਟ ਲਓ ਜੀ ਸਭ ਤੋਂ ਪਹਿਲਾਂ ਤਾਂ ਮੈਂ ਦਿਖਾਵਾਂਗੀ ਇਹ ਸ਼ਾਲ ਇਹ ਹੈਗੇ ਜੀ ਕਸ਼ਮੀਰੀ ਵਰਕ ਦੀ ਸ਼ਾਲ ਐਨ ਖੁੱਲੀ ਚੌੜੀ ਆ ਕਾਫੀ ਲੰਬੀ ਵੀ ਹੈ ਤੇ ਚੌੜੀ ਵੀ ਬਹੁਤ ਹੈ ਔਰ ਸਟਾਲ ਟਾਈਪ ਨਹੀਂ ਹੈਗੀ ਖੁੱਲੀ ਚੌੜੀ ਹੈ ਤੇ ਬਹੁਤ ਤੇ ਆ ਦੇਖੋ ਜੀ ਕਸ਼ਮੀਰੀ ਵਰਕ ਕਢਾਈ ਦੀ ਸ਼ਾਲ ਹੈ ਇਹਨਾਂ ਖੁੱਲੀ ਚੌੜੀ ਹੈ ਉਹਨਾਂ ਨੇ ਤਾਂ ਵਿਚਾਰਿਆਂ ਨੇ ਦੇਖੀ ਵੀ ਨਹੀਂ ਹੈਗੀ ਮੈਂਨੇ ਆਪਣੇ ਆਪ ਤੋਂ ਹੀ ਖਰੀਦੀ ਸੀ ਜੋ ਚੀਜ਼ ਮੈਨੂੰ ਸੋਹਣੀ ਲੱਗਦੀ ਹੈ ਨਾ ਮੈਂ ਕਹੀਂ ਪਹਿਣਾ ਦਿਓ ਲੈ ਲੈਣੀ ਹੁੰਦੀ ਆ ਖਾਸ ਕਰਕੇ ਜੋ ਮੇਰੇ ਤੇ ਨਾ ਮਾਣ ਕਰਦੇ ਨੇ ਤਾਂ ਮੈਂ ਵੀ ਉਹਨਾਂ ਲਈ ਕੋਈ ਮਾੜੀ ਚੀਜ਼ ਨਹੀਂ ਅੱਬਰ ਮੈਂ ਤਾਂ ਕੋਈ ਵੀ ਭੈਣ ਭਰਾ ਮੈਂ ਕਦੇ ਕਿਸੇ ਨੂੰ ਚੀਜ਼ ਮਾੜੀ ਨਹੀਂ ਇੰਬੋਇਡ ਵੀ ਹੈ ਨਾ ਇਹ ਹਾਂ ਇੱਕ ਕਸ਼ਮੀਰੀ ਵਰਕ ਹੈ ਉਹ ਤੇ ਕਸ਼ਮੀਰੀ ਕਢਾਈ ਹੈ ਯਾਨੀ ਕਿ ਬਹੁਤ ਸੋਹਣੀ ਹੈ ਮਹਰੂਨ ਕਲਰ ਦੀ ਹੈ ਫੈਬਰਿਕ ਵੀ ਬਹੁਤ ਵਧੀਆ ਤੇ ਕਢਾਈ ਵੀ ਪੂਰਾ ਜਾਲ ਹੈ ਬਹੁਤ ਸੋਹਣੀ ਹੈ ਮੈਨੂੰ ਇੰਨੀ ਪਸੰਦ ਆਈ ਇੱਕ ਤਾਂ ਮੈਂ ਉਹ ਪਹਿਣ ਲਈ ਆ ਲਈ ਹੈ ਜੀ ਵੈਲਵਟ ਕੀ ਹੈ ਹਾਂ ਜੀ ਚਾਹੇ ਉਹ ਮਤਲਬ ਕਿ ਉਹਨਾਂ ਦੇ ਹੁਣ ਮੈਰਿਜ ਆਏਗੀ ਬੇਟੇ ਦੀ ਤਾਂ ਮਤਲਬ ਕਿ ਠੰਡੇ ਹੋਏਗੀ ਹੈ ਨਾ ਉਦੋਂ ਵੀ ਤੇ ਉਦੋਂ ਜ਼ਰੂਰ ਆਪਣੇ ਸੂਟ ਦੇ ਉੱਪਰ ਇਹ ਵੇਅਰ ਕਰਨ ਬਹੁਤ ਪਿਆਰੀ ਹੈ ਸੱਚੀ ਕਹਿ ਰਹੀਆਂ ਹਰ ਕੋਈ ਪੁੱਛੇਗਾ ਵੀ ਕਿੱਥੋਂ ਲਈ ਹੈ ਬਹੁਤ ਪਿਆਰੀ ਆਈਟਮ ਹੈ ਬਹੁਤ ਸੋਹਣੀ ਬਹੁਤ ਸੋਹਣੀ ਚੀਜ਼ ਹੈ ਜੀ ਕੋਈ ਮਾੜੀ ਨਹੀਂ ਤੇ ਡਬਲ ਕੰਨੀ ਵੀ ਲਾਈ ਹੋਈ ਹੈ ਜੀ ਗ੍ਰੇ ਕਲਰ ਦੀ ਨਾ ਵਿੱਚ 골ਡਨ 골ਡਨ ਜਿਹੋ ਹੈ ਤੇ ਡਬਲ ਕੰਨੀ ਵੀ ਲਾਈ ਹੋਈ ਹੈ ਬਹੁਤ ਵਧੀਆ ਵਰਕ ਕੀਤਾ ਹੋਇਆ ਤੇ ਬਹੁਤ ਅੱਛੀ ਫਿਨਿਸ਼ਿੰਗ ਹੈ ਸੋ ਕੋ ਨਾ ਦੋ ਤਿੰਨ ਟਾਂਕੇ ਨਾ ਬਖੀਆ ਬਹੁਤ ਮੋਟਾ ਕੀਤਾ ਹੋਇਆ ਮੈਂ ਨਾ ਸੋਚ ਰਹੀ ਸੀ ਕੱਲ ਨੂੰ ਨਾ ਟੇਲਰ ਤੋਂ ਬਖੀਆ ਇਹਦਾ ਬਰੀਕਾ ਮਤਲਬ ਕਿ ਟੰਕਾ ਫਰਵਾ ਦੂੰਗੀ ਕਿਉਂਕਿ ਫਿਰ ਉੱਥੇ ਵਿਚਾਰੀਆਂ ਕਿੱਥੇ ਪਹਿਣਾ ਉਹ ਕਰਦੀ ਹੈਂਡਵਰਕ ਫੁਲਕਾਰੀ ਸੂਟ ਕੜਵਾਇਆ ਜੀ ਆਪਾਂ ਨੇ ਦੇਖੋ ਇਹ ਫੁਲਕਾਰੀ ਵਰਕ ਹੈ ਫੁਲਕਾ ਹੈਂਡਵਰਕ ਹੈ ਸਾਰਾ ਫੁਲਕਾਰੀ ਦਾ ਇਹ ਮੈਨੇ ਚੋਪ ਦੀ ਬੁੱਟੀ ਪੁਆਈ ਹੈ ਬਹੁਤ ਅੱਛਾ ਬਹੁਤ ਵਧੀਆ ਕੱਢਿਆ ਹੈ ਅੱਛੀ ਮਤਲਬ ਕਿ ਫਿਨਿਸ਼ਿੰਗ ਐ ਪੱਟ ਦੇ ਧਾਗੇ ਨਾਲ ਤੇ ਐਦਾਂ ਪਾਈਪਿੰਗ ਲਵਾਈ ਹੈ ਜੀ ਬਹੁਤ ਸੋਹਣਾ ਤਿਆਰ ਕੀਤਾ ਦਿਖ ਮਜੈਂਟਾ ਰਾਣੀ ਕਲਰ ਦੀ ਮਜੈਂਟਾ ਕਲਰ ਦੀ ਪਾਈਪਿੰਗ ਦਿੱਤੀ ਟੇਲਰ ਨੇ ਤੇ ਇਹਨਾਂ ਅੱਛਾ ਸੋਹਣਾ ਬਣਾਇਆ ਹੈ ਤੇ ਆ ਦੇਖੋ ਜੀ ਫਿਟਿੰਗ ਤਾਂ ਪਾਣ ਨਾਲ ਆਂਦੀ ਹੈ ਜਦੋਂ ਭੈਣ ਪਾਣਗੇ ਕੋਈ ਫਿਰ ਦੇਖਿਓ ਬਹੁਤ ਸੋਹਣੀ ਫਿਟਿੰਗ ਆਏਗੀ ਜੀ ਆ ਬਾਜੂ ਉਪਰ ਵੀ ਹੈ ਹਾਂ ਬਾਜੂ ਉਪਰ ਵੀ ਹੈਗੀ ਹੈ ਜੀ ਤੇ ਹੁਣ ਮੈਂ ਇਹਦਾ ਦੁਪੱਟਾ ਦਿਖਾਨੀ ਆ ਤੁਹਾਨੂੰ ਆ ਹੈਗਾ ਇਹਦਾ ਪਿਓਰ ਚਨੂਨ ਦਾ ਦੁਪੱਟਾ ਆ ਦੇਖੋ ਤੁਸੀਂ ਫੋਰ ਸਾਈਡ ਹੈ ਪੱਲਿਆਂ ਤੇ ਜਿਆਦੇ ਹੈ ਪਿਓਰ ਚਨੂਨ ਦਾ ਦੁਪੱਟਾ ਹੈ ਪੱਲਿਆਂ ਤੇ ਜਿਆਦੇ ਹੈ ਸਾਈਡਾਂ ਤੇ ਹੈਗਾ 4-4 ਇੰਚ ਉਂਗਲ ਚੌੜਾ ਤੇ ਪੱਲਿਆਂ ਤੇ ਹੈਗਾ ਗਿੱਠ ਗਿੱਠ ਦਾ ਜੀ ਤੇ ਵਿੱਚ ਹੈਗੇ ਸੈਂਟਰ ਦੇ ਵਿੱਚ ਬੁੱਟੀ ਮੋਰ ਪੰਖੀਆ ਕਲਰ ਹੈ ਜੀ ਇਹਦਾ ਇਹ ਇੱਕ ਪੈਣ ਨੇ ਮੈਨੂੰ ਹੋਰ ਕਿਹਾ ਹੋਇਆ ਮੈਂ ਸਾ ਉਹਨਾਂ ਨੇ ਮੈਨੂੰ ਡੇ ਕਰੰਗਾ ਰੰਗ ਕਿਹਾ ਸੀਗਾ ਗ੍ਰੀਨ ਦੇ ਵਿੱਚ ਉਹ ਵੀ ਮੈਂ ਮਤਲਬ ਕਿ ਕੜਵਾ ਕੇ ਭੇਜਾਂਗੀ ਕਿਉਂਕਿ ਮੈਂ ਇੱਕੋ ਵਾਰੀ ਨਾ ਅਗਲਾ ਜੋ ਮੈਨੂੰ ਕਹਿੰਦਾ ਮੈਂ ਜ਼ਰੂਰ ਉਹਦੀ ਗੱਲ ਨੂੰ ਨਾ ਆਪਣੇ ਕੰਨ ਦੇ ਵਿੱਚ ਐਨ ਅੱਛੀ ਤਰ੍ਹਾਂ ਆਪਣੇ ਮਾਈਂਡ ਦੇ ਵਿੱਚ ਨਾ ਬਿਠਾ ਲੈਣੀ ਆ ਵੀ ਆਹ ਅਗਲੇ ਨੂੰ ਚੀਜ਼ ਚਾਹੀਦੀ ਆ ਵੀ ਹਰ ਹਾਲਤ ਦੇ ਵਿੱਚ ਭੇਜਣੀ ਹੀ ਭੇਜਣੀ ਆ ਤਾਂ ਉਹਦਾ ਵੀ ਮੈਂ ਜ਼ਰੂਰ ਕਰਵਾ ਕੇ ਦਵਾਂਗੀ ਲਓ ਜੀ ਇਹ ਕਾਸਟ ਬਲੈਕ ਤਿਆਰ ਕਰਵਾਇਆ ਇਹ ਸੂਟ ਨਾ ਜੀ ਭੈਣ ਨੇ ਆਪਾਂ ਨੂੰ ਨਾ ਭੇਜਿਆ ਸੀ ਮਿਸਟਰ ਟੇਸੀ ਨੇ ਹੈਗੇ ਅਮਰੀਕਾ ਦੇ ਵਿੱਚ ਰਹਿੰਦੇ ਆ ਜੀ ਉਹ ਉਹ ਵੀ ਸ਼ਾਰਟ ਫਿਲਮਾਂ ਵੀ ਬਣਾਉਂਦੇ ਨੇ ਬਲੌਗਿੰਗ ਵੀ ਕਰਦੇ ਨੇ ਤੇ ਬਹੁਤ ਵਧੀਆ ਬਲੌਗਿੰਗ ਕਰਦੇ ਨੇ ਤੇ ਉਹਨਾਂ ਦਾ ਨਾਲ ਨਾ ਇਹ ਸੂਟ ਦੀ ਉਹਨਾਂ ਦਾ ਲਗਾਵਾ ਕੀ ਥੰਬ ਨੇਲ ਤੇ ਤੁਸੀਂ ਜ਼ਰੂਰ ਚੈੱਕ ਕਰਿਓ ਤੇ ਉਹ ਬਹੁਤ ਸੋਹਣਾ ਲੱਗਦਾ ਉਹ ਭੈਣ ਦੇ ਪਾਇਆ ਹੋਇਆ ਪਤਲੀ ਜੀ ਹੈ ਤੇ ਬਰੀਕ ਜੀ ਆਵਾਜ਼ ਉਸ ਭੈਣ ਦੀ ਹੈਨਾ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਸੂਟ ਬਹੁਤ ਸੋਹਣਾ ਲੱਗਦਾ ਸੀ ਜੋਰ ਜੱਟ ਦਾ ਸੂਟ ਹੈ ਤੇ ਆਪਣਾ ਦੀਦੀ ਨੇ ਵੀ ਇਦਾਂ ਦਾ ਤਿਆਰ ਕਰਵਾਇਆ ਹੈਨਾ ਸੋਹਣੇ ਲੱਗਦੇ ਆ ਮੈਨੂੰ ਵੀ ਸਗੋਂ ਬਹੁਤ ਸੋਹਣਾ ਲੱਗਦਾ ਜਦੋਂ ਮੈਂ ਕਿਸੇ ਦੇ ਪਾਇਆ ਦੇਖ ਲੈਨੇ ਵਿਹਾਈ ਮੇਰੇ ਕੋਲ ਵੀ ਹੋਵੇ ਇਦਾਂ ਦਾ ਚਲੋ ਕੋਈ ਨਹੀਂ ਹੈਨਾ ਮੈਂ ਲੈ ਲੈਨੇ ਹੁਣ ਨਿਆ ਤਾਂ ਵਧੀਆ ਸੂਟ ਲੈ ਵੀ ਲੈਨੇ ਜੀ ਐਵੇਂ ਦੀ ਤਾਂ ਕੋਈ ਗੱਲ ਨਹੀਂ ਤੇ ਪਰ ਸੋਹਣਾ ਲੱਗਦਾ ਹੁੰਦਾ ਨਾਲੇ ਹੈਨਾ ਸਾਰੀਆਂ ਭੈਣਾਂ ਨੂੰ ਤਾਂ ਹੁੰਦਾ ਸ਼ੌਂਕ ਹੈਨਾ ਵਿਚਾਲ ਇੱਕ ਦੂਜੇ ਦਾ ਤੇ ਇਹ ਜੋਰ ਜੱਟ ਦਾ ਸੂਟ ਹੈ ਏ ਮਤਲਬ ਕਿ ਆਪਣੇ ਹੈਂਡ واਸ਼ ਹੋਣੇ ਵਾਲਾ ਇੱਕ ਤਾਂ ਹੁੰਦੀ ਆ ਪਿਓਰ ਜੌਰ ਜੈਟ ਉਹਨੂੰ ਆਪਾਂ ਹੈਂਡ واਸ਼ ਕਰਨੀ ਕਰ ਸਕਦੇ ਪਰ ਇਹਨੂੰ ਆਪਾਂ ਕਰ ਸਕਦੇ ਆ ਆ ਭਾਵੇਂ ਸਰਫ ਨਾਲ ਕਰ ਲਓ ਭਾਵੇਂ ਈਜੀ ਨਾਲ ਕਰ ਲਓ ਆਪਣੀ ਮਰਜ਼ੀ ਆ ਹਨਾ ਤੇ ਇਹ ਆ ਜੀ ਇਹਦੇ ਤੇ ਦਿੱਤੀ ਆ ਰੈੱਡ ਕਲਰ ਦੀ ਪਾਈਪੀਨ ਆ ਦੇਖੋ ਇਹਨਾਂ ਨੇ ਟੇਲਰ ਨੇ ਤੇ ਬਾਕੀ ਨਾ ਇਹਦਾ ਨਾ ਬਲੈਕ ਕਲਰ ਦਾ ਦੁਪੱਟਾ ਤੇ ਉੱਪਰ ਨਾ ਮਨੇ येलो ਕਲਰ ਦੀ ਨਾ ਜਿੱਦਾਂ ਮਿਸਟਰ ਟੈਸੀ ਵਾਲਿਆਂ ਨੇ ਪਾਇਆ ਹੋਇਆ ਸੇਮ ਉਦਾਂ ਬਲੈਕ ਕਲਰ ਦਾ ਦੁਪੱਟਾ ਡਾਈ ਕਰਾ ਕੇ ਉਹ ਦਿੱਕਤਾ ਹੋਇਆ ਉਹ ਨਹੀਂ ਹਜੇ ਉਹਨੇ ਕੀਤਾ ਹੈਗਾ ਉਹ ਦੇ ਦੇਗਾ ਮੈਨੂੰ ਸੰਡੇ ਨੂੰ ਕਹਿ ਰਿਆ ਸੀ ਬੁਟੀਕ ਵਾਲਾ ਭਾਈ ਕਹਿੰਦਾ ਸੰਡੇ ਲੈ ਜਿਓ ਮੈਂ ਕਿਹਾ ਠੀਕ ਹੈ ਜੀ ਉਹ ਵੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਅਰ ਜੀ ਹੁਣੇ ਮੈਂ ਭੈਣ ਦਾ ਨਾ ਤਿਆਰ ਕਰ ਰਹੀ ਹਾਂ ਸਮਾਨ ਬਹੁਤ ਟਾਈਮ ਹੋ ਗਿਆ ਵਿਚਾਰਾਂ ਦਾ ਆਏ ਨੂੰ ਆਰਡਰ ਮੈਨੂੰ ਤੇ ਮੈਂ ਆਪਣਾ ਹੁਣ ਇਹਨਾਂ ਦਾ ਸਮਾਨ ਭੇਜਾਂ ਠੀਕ ਹੈ ਜੀ ਤੇ ਬਾਕੀ ਫਿਰ ਜਦੋਂ ਹੋਰ ਕਿਸੇ ਚੀਜ਼ ਦੀ ਲੋੜ ਹੋਈ ਤਾਂ ਫਿਰ ਭੈਣ ਜ਼ਰੂਰ ਫਿਰ ਮੈਨੂੰ ਹੋਰ ਸਮਾਨ ਮੰਗਾਉਣਗੇ ਮੇਰੇ ਕੋਲ ਤੇ ਬਾਕੀ ਜਿੱਥੇ ਤੱਕ ਤੁਸੀਂ ਵੀ ਬੈਠੇ ਹੋ ਬਿਲਕੁਲ ਨਹੀਂ ਮਾੜੇ ਕੱਪੜੇ ਸਿੰਦਾ ਹੈਗਾ ਜੀ ਬੁਟੀਕ ਵਾਲਾ ਬਹੁਤ ਸੋਹਣੇ ਕੱਪੜੇ ਸਿੰਦਾ ਹੈ ਵੱਤੋਂ ਵੱਤ ਸੂਟ ਵੀ ਬਹੁਤ ਵਧੀਆ ਹੁੰਦੇ ਨੇ ਕਿਸੇ ਨੇ ਵੀ ਵੈਲਵਟ ਦੇ ਸੂਟ ਲੈਣੇ ਆ ਜੋਰ ਜੱਟ ਦੇ ਲੈਣੇ ਆ ਪਿਓਰ ਦੇ ਲੈਣੇ ਆ ਕੋਈ ਵੀ ਆਈਟਮ ਦੇ ਲੈਣੇ ਆ ਤਾਂ ਜ਼ਰੂਰ ਸੰਪਰਕ ਕਰਿਓ ਬਾਕੀ ਬੈੱਡ ਸ਼ੀਟਾਂ ਭਾਂਡੇ ਤਾਂ ਮੈਂ ਚੱਲ ਕਰਦੀ ਹਾਂ ਸਿਰ ਤੇ ਸੂਟ ਵੀ ਆਪਣਾ ਕਿਸੇ ਨੇ ਵੀ ਕੋਈ ਵੀ ਆਈਟਮ ਮੰਗਵਾਣੀ ਤਾਂ ਜਰੂਰ ਮੰਗਵਾਏ ਸੂਟ ਬਹੁਤ ਸੋਹਣੇ ਸਟਿਚ ਕੀਤੇ ਹੋਏ ਆ ਜਦੋਂ ਪਾ ਕੇ ਬੰਦਾ ਉਹ ਕਰਦਾ ਨਾ ਫਿਟਿੰਗ ਦਾ ਤਾਂ ਜਿਆਦਾ ਉਦੋਂ ਹੀ ਪਤਾ ਲੱਗਦਾ ਹੁੰਦਾ ਐਂ ਦੇਖਣ ਨਾਲ ਕਈ ਵਾਰੀ ਆਪਾਂ ਨੂੰ ਲੱਗਦਾ ਵੀ ਲੈ ਐਵੇਂ ਹੀ ਕੀਤੇ ਹੋਏ ਨੇ ਐਵੇਂ ਨਹੀਂ ਕੀਤੇ ਹੋਏ ਬਹੁਤ ਵਧੀਆ ਮੈਨੂੰ ਸਾਡੇ ਘਰ ਕੋਲ ਨਾ ਬੁਟੀਕ ਹੈ ਹਾਂਜੀ ਸੰਜਣਾ ਕਹਿੰਦੀ ਹੁਣ ਮੈਂ ਸੌਣ ਲੱਗੀ ਆ ਮੈਂ ਥੱਕ ਗਈ ਪਰ ਖੜ੍ਹ ਗਈ ਥੀ ਫਿਰ ਤੇ ਕੀ ਕਹਿ ਰਹੀ ਥੀ ਮੈਂ ਕਹਿੰਦੇ ਮੇਰੇ ਨਾਲ ਹੀ ਕੀਤੀ ਹੋਈਆਂ ਨੇ ਮੇਰੇ ਨਾਲ ਨਾਲ ਹੀ ਆ ਬੁਟੀਕ ਹੈ ਮੈਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜ਼ਰੂਰ ਦਿਖਾਵਾਂਗੀ ਪਰ ਉਹ ਭੈਣ ਬੁਟੀਕ ਦਾ ਕੰਮ ਕਰਦੇ ਨੇ ਵਧੀਆ ਚੱਲਦਾ ਉਹਨਾਂ ਦਾ ਵੀ ਪਰ ਉਹ ਮੈਨੂੰ ਪੁੱਛਦੇ ਨੇ ਕਹਿੰਦੇ ਤੁਸੀਂ ਜਿਹੜੇ ਆ ਸੂਟ ਸਟਿਚ ਕਰਦੇ ਹੋ ਜਾਂ ਕਈ ਵਾਰੀ ਮੇਰੇ ਖੁਦ ਦੇ ਪਾਇਆ ਹੁੰਦਾ ਵੀ ਜਿਵੇਂ ਮੈਂ ਕਿਤੇ ਆਪਣਾ ਫੰਕਸ਼ਨ ਤੇ ਜਾਣਾ ਜਾਂ ਫਿਰ ਕੋਈ ਫੰਕਸ਼ਨ ਵਗੈਰਾ ਹਨਾ ਘਰ ਦੇ ਵਿੱਚ ਆ ਜਾਂ ਕੋਈ ਵੀ ਲਗਾ ਲਓ ਜਦੋਂ ਮੇਰੇ ਸੂਟ ਪਾਇਆ ਹੁੰਦਾ ਨਾ ਤਾਂ ਉਹ ਬੁਟੀਕ ਵਾਲੇ ਮੈਨੂੰ ਪੁੱਛਦੇ ਨੇ ਕਹਿੰਦੇ ਤੁਸੀਂ ਜਿਹੜੇ ਇਹ ਸੂਟ ਪਾਦੇ ਨੇ ਇਹਨਾਂ ਤੇ ਪਾਈਪਿੰ ਨ ਮਤਲਬ ਕਿ ਇਹ ਰੈਡੀਮੇਡ ਲੈਂਦਾ ਹੋਇਆ ਕੁੜਤਾ ਆ ਜੋ ਵੀ ਪਾਇਆ ਸ਼ਰਟ ਕੁੜਤਾ ਵੀ ਰੈਡੀਮੇਡ ਲੈਂਦਾ ਹੋਇਆ ਜਾਂ ਸਟਿਚ ਕਰਵਾਇਆ ਮੈਂ ਕਿਹਾ ਸਟਿਚ ਕਰਵਾਇਆ ਕਹਿੰਦੇ ਇਹ ਟੇਲਰ ਨੇ ਸਿੱਤਾ ਹੋਇਆ ਨੇ ਮੈਂ ਕਿਹਾ ਹਾਂਜੀ ਕਹਿੰਦੇ ਵੀ ਸਾਡੇ ਕੋਲੋਂ ਨਹੀਂ ਲੱਗਦੇ ਨਾਲੇ ਉਹਨਾਂ ਤਾਂ ਕਹਿੰਦਾ ਕੋਹਾਂ ਦਾ ਬੁਟੀਕ ਹੈ ਕਹਿੰਦੇ ਮੇਰੇ ਕੋਲੋਂ ਖੁਦ ਕੋਲ ਨਹੀਂ ਲੱਗਦੀ ਜਿਹੜੇ ਮਨੇ ਨਾ ਇੱਕ ਲੇਡੀਜ਼ ਰੱਖੀ ਹੋਈ ਹੈ ਨਾ ਉਹਦੇ ਕੋਲ ਲੱਗਦੀ ਆ ਪਰ ਤੁਹਾਡੇ ਬੁਟੀਕ ਵਾਲੇ ਬਹੁਤ ਸੋਹਣੀ ਪਾਈਪੀਨ ਦੇ ਰਹੇ ਨੇ ਇੰਨੀ ਬਰੀਕ ਔਰ ਆਪ ਡੋਰੀ ਪਾ ਕੇ ਨਾਲ ਦੀ ਨਾਲ ਮੈਨੇ ਸਟਿਚ ਕਰਦੇ ਦੇਖਿਆ ਦੇਖ ਲੋ ਆਪ ਡੋਰੀ ਪਾ ਕੇ ਬਹੁਤ ਵਧੀਆ ਸਾਰਾ ਕੰਮ ਬਹੁਤ ਸਫਾਈ ਨਾਲ ਕਰਦੇ ਨੇ ਮਤਲਬ ਕਿ ਜਿਹੜੇ ਹੈਗੇ ਨੇ ਨਾਲੇ ਆਪਣੇ ਜਿਹੜੇ ਪੰਜਾਬੀ ਕੰਮ ਕਰਦੇ ਨੇ ਕੋਈ ਨਹੀਂ ਜਿਹੜੇ ਆਪਣੇ ਪੰਜਾਬੀ ਕੰਮ ਕਰਦੇ ਹਨ ਉਹ ਉਹ ਨਾ ਫਿਰ ਵੀ ਆਪਣੇ ਨਾ ਮਾਈਂਡ ਦੇ ਵਿੱਚ ਨਾ ਮਤਲਬ ਕਿ ਚਿੜਚਿੜਾਪਣ ਲੈ ਆਂਦੇ ਨੇ ਬਿਹਾਈ ਇੰਨਾ ਟਾਈਮ ਹੋ ਗਿਆ ਕਲ ਕਰ ਰਹੇ ਨੇ ਮਨੇ ਦੇਖਿਆ ਜਿਹੜੇ ਮੁਸਲਮਾਨ ਕਰਦੇ ਨੇ ਕੰਮ ਹੈਨਾ ਉਹ ਹੋਗੇ ਜਾਂ ਫਿਰ ਇੱਕ ਥੋੜੇ ਜਿਵੇਂ ਭਈਏ ਟਾਈਪ ਹੋਗੇ ਜਿਹੜੇ ਇੱਥੇ ਭਈਆ ਭੁਈਆਂ ਦੇ ਬੁਟੀਕਾਂ ਵੀ ਬਹੁਤ ਵਧੀਆ ਇੰਨਾ ਸਫਾਈ ਨਾਲ ਉਹਨਾਂ ਮਤਲਬ ਕਿ ਆਪਣੇ ਮਨ ਨੂੰ ਬੜਾ ਸ਼ਾਂਤ ਕਰਕੇ ਨਾ ਫਿਰ ਮਤਲਬ ਕਿ ਸੂਟ ਸਟਿਚ ਕਰਦੇ ਨੇ ਫਿਰ ਕਢਾਈਆਂ ਕਰਦੇ ਨੇ ਫਿਰ ਆਰੀ ਵਰਕ ਕਰਦੇ ਨੇ ਤੇ ਜਿਹੜੇ ਮਸ਼ੀਨੀ ਵਰਕ ਕਰਦੇ ਨੇ ਉਹ ਉਹ ਨਹੀਂ ਦੇਖ ਲੋ ਬਿਲਕੁਲ ਵੀ ਆਪਣੇ ਦਿਮਾਗ ਨੂੰ ਉਹ ਕਰਦੇ ਹੈਗੇ ਮਤਲਬ ਕਿ ਇੰਨਾ ਫਰੈਸ਼ ਕਰਕੇ ਇੰਨਾ ਸ਼ਾਂਤੀ ਦੇ ਨਾਲ ਕੰਮ ਕਰਦੇ ਨੇ ਬਹੁਤ ਵਧੀਆ ਪਰ ਸਾਡੇ ਪੰਜਾਬੀ ਨੇ ਉਹ ਥੋੜਾ ਚਿਚਿੜਾਪਨ ਲੈ ਆਂਦੇ ਨੇ ਵੀ ਹੈਗੇ ਨੇ ਬੁਟੀਕ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਨੇ ਕਰ ਲੈਂਦੇ ਨੇ ਜਿਵੇਂ ਵੀ ਇਹ ਹੁਣ ਕੌਣ ਦੇੜ ਭਿੜ ਕਰੂਗਾ ਇਹ ਬੂਹ ਹੈ ਹਨਾ ਤੇ ਬਾਕੀ ਇਹਨਾਂ ਦੇ ਸਫਾਈ ਮੇਰਾ ਕਹਿਣ ਦਾ ਮਤਲਬ ਇਹ ਹੈ ਕੀ ਕਿਸੇ ਭੈਣ ਭਰਾ ਨੇ ਵੀ ਸੂਟ ਸਟਿਚ ਕਰਵਾਉਣਾ ਨਾ ਬਹੁਤ ਵਧੀਆ ਕਰਕੇ ਦੇਣਗੇ ਬਹੁਤ ਵਧੀਆ ਬਾਕੀ ਤੁਸੀਂ ਦੱਸ ਦਿਆ ਕਰੋ ਤੁਹਾਨੂੰ ਕਿਦਾਂ ਦੇ ਸੂਟ ਚਾਹੀਦੇ ਆ ਮੈਂ ਤਾਂ ਉਦਾਂ ਦੇ ਹੀ ਦਿਖਾ ਦਿਆ ਕਰੂੰਗੀ ਤੁਹਾਨੂੰ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਜੋਰ ਜੱਟ ਦਾ ਪਿਓਰ ਕਰੇਵ ਦਾ ਜਾਂ ਅੱਜ ਕੱਲ੍ਹ ਔਰਗੈਂజా ਵਗੈਰਾ ਕਾਫੀ ਬਹੁਤ ਜ਼ਿਆਦਾ ਵੈਰਾਈਟੀ ਚੱਲ ਰਹੀ ਆ ਉਦਾਂ ਦੇ ਆਪਾਂ ਤੁਹਾਨੂੰ ਦਿਖਾ ਦਿਆ ਕਰਾਂਗੇ ਠੀਕ ਹੈ ਜੀ ਲਓ ਜੀ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਨ ਲੱਗੀਆਂ ਤੇ ਸਮਾਪਤ ਕਰਨ ਲੱਗੀਆਂ ਮੈਨੂੰ ਹੁਣ ਆਗਿਆ ਦਿਓ ਤੇ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਪੀ ਸ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਬਤਵਾ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਛੋਟਾ ਜਿਹਾ ਬਲੌਗ ਤੁਹਾਨੂੰ ਮੇਰਾ ਕਿਵੇਂ ਦਾ ਲੱਗਿਆ ਤਦ ਤੱਕ ਲਈ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀ கிருஷ்ਨ